ਕੀ ਨਾ ਭਾਈ ਤੁਹਾਡਾ? ਮੇਰਾ ਨਾਮ ਪ੍ਰਗਟ ਜੀ। ਇੱਕ ਭਾਈ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋ ਰਹੀ ਹੈ ਲਖਬੀਰ ਸਿੰਘ ਦੀ, ਕਿ ਤੁਹਾਡੇ ਵੱਲੋਂ ਉਹਨੂੰ 30,000 ਰੁਪਈਆ ਦੇ ਕੇ ਸਿੰਘੂ ਬਾਰਡਰ ਤੇ ਘੱਲਿਆ ਗਿਆ ਬੇਅਦਬੀ ਕਰਨ ਲਈ, ਕੀ ਮਾਮਲਾ ਸਰ ਇਹ? ਨਹੀਂ ਜੀ, ਇਹੋ ਜਿਹੀ ਤਾਂ ਕੋਈ ਗੱਲ ਨਹੀਂ, ਮੇਰੇ ਦੇ ਡੰਗਰਾਂ ਨੂੰ ਪੱਠੇ ਪੁੱਠੇ ਪਾਉਂਦਾ ਸੀ। ਕਿੰਨੇ ਚਿਰ ਤੋਂ ਤੁਹਾਡੇ? ਚਾਰ ਕੁ ਮਹੀਨੇ ਹੋ ਗਏ। ਕੀ ਕਾਰਨ ਕੀ ਗਿਣਦੇ ਜੋ ਫਿਰ ਜਿਹੜੇ ਤੁਹਾਡੇ ਤੋਂ ਜਿਹੜੀ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋਈ ਹੈ ਉਹਦੇ ਵਿੱਚ ਤੁਹਾਡਾ ਨਾਮ ਲਿਆ ਜਾ ਰਿਹਾ, ਨੰਬਰ ਵੀ ਦੱਸਿਆ ਜਾ ਰਿਹਾ? ਹਾਂਜੀ, ਨੰਬਰ ਹੀ ਲਿਆ ਨਾ ਨਹੀਂ, ਪਹਿਲਾਂ ਉਹ ਨੰਬਰ ਇੱਕ ਹੋਰ ਲਗਾ ਲੈਣ, ਮੁੜ ਕੇ ਨੇ ਮੇਰਾ ਲੈ ਦਿੱਤਾ। ਉਹਨੂੰ ਮੇਰਾ ਨੰਬਰ ਯਾਦ ਹੀ, ਆਪਣੀ ਭੈਣ ਨੂੰ ਫੋਨ ਫਾਨ ਕਰਦਾ ਸੀ ਮੇਰੇ ਫੋਨ ਤੇ, ਉਹ ਵੀ ਕਰਦੀ ਕਦੀ ਕਦੀ, ਉਹਨੇ ਕਿਤੇ ਵਾਂਢੇ ਵੂਢੇ ਜਾਣਾ ਹੁੰਦਾ ਸੀ ਤਾਂ ਉਹ ਆਉਂਦੀ ਹੁੰਦੀ ਸੀ ਟੀਟੇ, ਮੈਂ ਚਾਬੀ ਫਲਾਣੇ ਸਾਰਾ ਚੱਲੀ ਜਾਂ ਬੂਹਾ ਲਾ ਲਈ ਅਤੇ ਆਪਣਾ ਤੂੰ ਆ ਜਾਈ ਘਰ, ਸ਼ਾਮ ਸਵੇਰੇ ਆਉਣਾ ਸ਼ਾਮ ਨੂੰ ਚਲੇ ਜਾਣਾ। ਤੂੰ ਨਸ਼ੇ ਪੱਤੇ ਦਾ ਆਦੀ ਸੀ? ਨਸ਼ੇ ਪੱਤੇ ਦਾ ਆਦੀ, ਸ਼ਰਾਬ ਸ਼ੁਰੂ ਕੀਤਾ। ਕਿ ਜਿਵੇਂ ਇਹ ਦੱਸਿਆ ਜਾ ਰਿਹਾ ਕਿ ਇਹਨੇ ਉੱਥੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨੀ ਚਾਹੀ ਹੈ, ਕੀ ਤੁਹਾਨੂੰ ਕਿਸ ਤਰ੍ਹਾਂ ਜਾਪਦਾ ਕਿ ਬੰਦਾ ਇਸ ਤਰ੍ਹਾਂ? ਨਹੀਂ ਕੁਛ ਕਹਿ ਸਕਦੇ, ਕਿਉਂਕਿ ਉਹ ਇੱਥੋਂ ਗਏ ਨੂੰ ਸਾਡੇ ਘਰੋਂ ਦੇ 10 ਦਿਨ ਹੋ ਗਏ ਅਤੇ ਉੱਥੇ ਜਾ ਕੇ ਕਿਸੇ ਦੇ ਟੇਟੇ ਚੜ੍ਹ ਗਿਆ ਹੋਵੇ, ਮੈਂ ਕਹਿ ਨਹੀਂ ਸਕਦਾ ਇਹ ਗੱਲ। ਕੀ ਮੰਗ ਕਰਦੇ ਨੇ? ਅਸੀਂ ਦੇਖੋ ਮੰਗ ਕਰਦੇ ਹਾਂ ਕਿ ਸਾਨੂੰ ਉਹਦੇ ਤੋਂ ਜਿਹੜਾ ਬੰਦੇ ਨੇ ਉਹਨੂੰ ਖੜਿਆ ਆ ਉਹਦੀ ਪੁੱਛਗਿੱਛ ਕੀਤੀ ਜਾਵੇ, ਕਿਸੇ ਨੂੰ ਨਾ ਤੰਗ ਕੀਤਾ ਜਾਵੇ, ਕਿਉਂਕਿ ਅਸੀਂ ਇਹੋ ਜਿਹੇ ਬੰਦੇ ਨਹੀਂ ਕਿ ਮਹਾਰਾਜ ਨੂੰ ਮੰਨਣ ਵਾਲੇ ਹਾਂ ਅਤੇ ਮਹਾਰਾਜ ਦੀ ਬੇਦਗੀ ਬਾਰੇ ਨਹੀਂ ਸੋਚ ਨਹੀਂ ਸਕਦੇ। ਕੀ ਨਾਮ ਹੈ ਜੀ ਤੁਹਾਡੇ? ਪ੍ਰਭਜੀਤ ਕੌਰ। ਜਿਹੜੇ ਪ੍ਰਗਟ ਸਿੰਘ, ਤੁਹਾਡੇ ਕੀ ਲੱਗਦੇ? ਪਤੀ ਇੱਕ ਲਖਮੀਰ ਸਿੰਘ ਦੀ ਇਹ ਵੀਡੀਓ ਵਾਇਰਲ ਹੁੰਦੀ ਜਿਹਨੂੰ ਸਿੰਘੂ ਬਾਰਡਰ 'ਤੇ ਮਾਰਿਆ ਗਿਆ, ਕਿ ਮੈਂ 30,000 ਰੁਪਏ ਜਿਹੜਾ ਮੈਨੂੰ ਪ੍ਰਗਟ ਸਿੰਘ ਹੋਣਾ ਦਿੱਤਾ ਸੀ ਉਹਨਾਂ ਮੈਨੂੰ ਇੱਥੇ ਘੱਲਿਆ, ਅਤੇ ਕੀ ਮਾਮਲਾ ਜੀ ਸਰ? ਵੇਖੋ ਜੀ, ਪਹਿਲੀ ਗੱਲ ਤਾਂ ਇਹ ਵੀ ਇਹਨੇ ਜੋਗੇ ਹੈ ਹੀ ਨਹੀਂ ਵੀ 30-30 ਹਜ਼ਾਰ ਰੁਪਈਏ ਇਹਨੂੰ ਦਈਏ। ਦੂਜੀ ਗੱਲ ਇਹ ਆ ਵੀ ਚਲੋ ਉਹ ਸਵੇਰੇ ਆਉਂਦਾ ਸੀ, ਸ਼ਾਮ ਨੂੰ ਚਲੇ ਜਾਂਦਾ ਸੀ, ਰੋਟੀ ਬਣਾ ਲੈ ਜਾਂਦਾ ਸੀ ਆਪਦੀ, ਪੈਗ ਲਾਉਂਦਾ ਸੀ ਜ਼ਰੂਰ, ਉਹ ਰਾਤ ਨੂੰ ਉਹ ਵੀ ਆਪਦੇ ਘਰ ਜਾ ਕੇ 20 ਰੁਪਈਏ ਲੈ ਗਿਆ, 30 ਲੈ ਗਿਆ, ਕਦੀ ਹੋਰ ਵੀ ਕਿਸੇ ਦਾ ਲਾਗੋਂ ਕੰਮ ਕਰਤਾ 10-20 ਉਹਨਾਂ ਦੇ ਉੱਤੇ, ਇਤਨਾ ਕਰਕੇ ਚਲੋ ਆਪਦਾ ਪੇਸ਼ ਗੁਜ਼ਾਰਾ ਗੁਜ਼ਾਰਾ ਕਰਕੇ ਤੇ ਚਲੇ ਜਾਂਦਾ ਸ਼ਾਮ ਨੂੰ। ਕੀ ਕਾਰਨ ਗਿਣਦੇ ਜੋ ਕਿ ਜਿਹੜਾ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋ ਰਹੀ ਹੈ ਉਹਦੇ ਵਿੱਚ ਨਾ ਜਿਹੜੀ ਇਹ ਫੋਨ ਦੀ ਗੱਲ, ਜਿਹੜੀ ਨੰਬਰ ਦੀ ਆ ਉਹ ਇਹਦੀ ਭੈਣ ਵੀ ਸਾਨੂੰ ਫੋਨ ਕਰਦੀ ਹੁੰਦੀ ਸੀ, ਜੋ ਇਹਨੇ ਨਾ ਛੇਤੀ ਜਾਣਾ ਭੈਣ ਨੇ ਫੋਨ ਲਗਾ ਦੇਣਾ, ਕਦੀ ਇਹਨੇ ਫੋਨ ਕਰਕੇ ਭੈਣ ਨੂੰ ਪੁੱਛ ਲੈਣਾ ਵੀ ਤੂੰ ਕਿੱਥੇ ਆ ਜਾਂ ਮੈਂ ਅੱਜ ਆਉਣਾ ਜਾਂ ਤੂੰ ਕਿਤੇ ਜਾਣਾ ਤੇ ਨਹੀਂ, ਬਸ ਇਹ ਕੁਛ। ਇਹ ਕਦੋਂ ਦਾ ਕੰਮ ਕਰਦਾ ਸੀ ਤੁਹਾਡੇ ਕੋਲ? ਇਹਨਾਂ ਨੂੰ 6-7 ਮਹੀਨੇ 6 ਕੀ ਹੋਏ ਸਿਰਫ, ਕਦੀ ਉਹ ਵੀ ਆ ਗਿਆ ਕਦੀ ਨਾ ਆ ਗਿਆ। ਇਹ ਹੋਰ ਵੀ ਕਿਤੇ ਕੰਮ ਕਰਦਾ ਸੀ ਪਿੰਡ? ਪਿੰਡ ਜਿਹਨੇ ਕਾਫੀ ਤਰ੍ਹਾਂ ਦਾ ਕੰਮ ਕੀਤਾ, ਕਦੀ ਕਿਸੇ ਨਾ ਕਦੀ ਕਿਸੇ ਨਾ, ਜਿੱਧਰੋਂ ਕਿਤੇ। ਨਸ਼ਾ ਪੱਤਾ ਦਾ ਆਦੀ? ਨਸ਼ੇ ਪੱਤੇ ਦਾ ਵਾਧੂ ਵਾਧੂ, ਜਿਸ ਤਰ੍ਹਾਂ ਵੀ ਆਪਣਾ ਕੋਈ ਆਤਮਾ ਕੁਤਮੂ ਕੁਆਮ ਹੀ ਜਿਹੜੇ ਵੀ, ਜਿਸ ਤਰ੍ਹਾਂ ਹੁਣ ਉੱਥੇ ਰੌਲਾ ਪਾਇਆ ਜਾ ਰਿਹਾ ਕਿ ਇਹਨੇ ਬੇਅਦਬੀ ਕੀਤੀ ਗਈ, ਅਸੀਂ ਤੁਹਾਨੂੰ ਜਾਪਦਾ ਕਿ ਐਸਾ ਹੋਏਗਾ ਬੰਦਾ? ਨਹੀਂ ਨਹੀਂ, ਇਹੋ ਜਿਹਾ ਨਹੀਂ ਸੀ, ਬੇਅਦਬੀ ਵਾਲਾ ਤਾਂ ਅਸੀਂ ਮੰਨਦੇ ਨਹੀਂ, ਅਸੀਂ ਤਾਂ ਟੀ ਵੀ ਲਾਉਂਦੇ ਹਾਂ ਤਾਂ ਉੱਠ ਕੇ ਬਾਹਰ ਆ ਜਾਂਦਾ ਸੀ ਵੀ ਮੈਂ ਪੈਗ ਲਾਇਆ, ਮੈਂ ਨਹੀਂ ਪਾਣੀ ਫੜਨੀ ਜਾਂ ਸੋਨੀ ਜਾਂ ਕਿਸ ਤਰ੍ਹਾਂ ਵੀ, ਉਸੇ ਲੁੱਟ ਕੇ ਬਾਹਰ ਆ ਜਾਂਦਾ।